ਅਤੇ ਮਨੋਰੰਜਨ ਦੇ ਰਾਹੀਂ ਇਹ ਮਨ ਤੈਅ ਹੁੰਦਾ ਹੈ ਕਿ ਤੁਹਾਡੀ ਖੁਸ਼ੀ ਕਾਹਦੇ 'ਚ। ਇਹ ਇੱਕ ਬਕਾਇਦਾ ਜੰਗ ਹੁੰਦੀ ਹੈ। ਕਿਸੇ ਥਾਂ ਦੇ ਲੋਕ ਆਪਣੇ ਤਰੀਕੇ ਨਾਲ ਮਨ ਤੈਅ ਕਰਦੇ। ਸਾਡੇ ਪੁਰਖਿਆਂ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ 'ਚ ਖੁਸ਼ੀ ਸੀ, ਹੁਣ ਬੰਦਿਆਂ ਨੂੰ ਕਿ ਵੇਲੇ ਉੱਠਣ 'ਚ ਖੁਸ਼ੀ ਹੈ। ਸਾਡੇ ਘੱਟ ਬੋਲਣ 'ਚ ਪਹਿਲਾਂ ਖੁਸ਼ੀ ਸੀ, ਹੁਣ ਵੱਧ ਬੋਲਣ 'ਚ ਹੈ। ਕਲਾ ਦੇ ਨਾਂ ਦੇ ਬੰਦੇ ਨੂੰ ਝੂਠ ਬੋਲਣਾ ਪੜ੍ਹਾਇਆ ਜਾ ਰਿਹਾ। ਠੀਕ, ਖੁਸ਼ੀ ਦੇ ਮਾਨੇ ਤੈਅ ਕਰਨ ਦਾ ਹੀ ਸਭ ਤੋਂ ਵੱਡੀ ਜੰਗ ਹੈ ਇਹਦੇ 'ਚ। ਉੱਥੇ ਬਹੁਤ ਸਾਰੇ ਲੋਕ ਤੱਕ ਦਿੰਦੇ ਨੇ ਵੀ ਮਨੋਰੰਜਨ ਜਗਤ ਆ ਜਿਹੜਾ, ਜਾਂ ਜੋ ਫਿਲਮੀ ਟੀਵੀ ਜੋ ਸੰਸਾਰ ਆਏਗਾ, ਵੀ ਇਹ ਲੱਚਰਤਾ ਇਸ ਕਰਕੇ ਪਰੋਸਦਾ ਵੀ ਲੋਕ ਦੇਖਣਾ ਚਾਹੁੰਦੇ ਨੇ। ਮਨ 'ਚ ਵੀ ਤਾਂ ਪਿਆ ਵੀ ਇਹ ਸਾਹਮਣੇ ਆ ਕੇ ਫਿਰ ਕੀ ਹੋਇਆ, ਵੀ ਜੇ ਐਂ ਹੋ ਜੂ ਫਿਰ ਕੀ ਹੋ ਜੂ, ਜੇ ਆਹ ਹੋ ਗਿਆ ਫਿਰ ਕੀ ਹੋ ਗਿਆ। ਇਹ ਸਮਝਣ ਦਾ ਤਰੀਕਾ ਨਹੀਂ ਹੈ। ਜੋ ਬੰਦੇ ਦੇ ਅੰਦਰ ਪਿਆ ਉਹ ਵੀ ਪਹਿਲਾਂ ਤੋਂ ਗੱਲਾਂ ਰਾਹੀਂ ਗੀਤਾਂ ਰਾਹੀਂ ਆਲੇ ਦੁਆਲੇ ਬੰਦੇ ਅੰਦਰ ਪਾਇਆ ਹੋਇਆ, ਉਹਦੇ ਜੰਮਣ ਤੋਂ ਪਹਿਲਾਂ ਪਾਇਆ ਜਾਂਦਾ। ਲੱਚਰਤਾ ਤੋਂ ਬਿਨਾਂ ਮਨੋਰੰਜਨ ਦੀ ਕਲਪਨਾ ਕੀਤੀ ਜਾ ਸਕਦੀ ਹੈ, ਹੋ ਸਕਦਾ। ਹੁਣ ਵੀ ਦੁਨੀਆਂ ਦੇ ਵਿੱਚ ਜੋ ਨਵਾਂ ਵਰਤਾਰਾ ਚੱਲਿਆ ਹੈ, ਜਿਹਨੂੰ ਅਸੀਂ ਕਹਿੰਦੇ ਨੇ ਵੀ ਖਪਤ ਸੱਭਿਆਚਾਰ ਹੈ, ਉਹ ਵੇਖਣ ਅਤੇ ਸੁਣਨ ਦਾ ਹੀ ਵੱਡਾ ਹੈ। ਅਸਲ 'ਚ ਲੱਚਰਤਾ ਉਹਦੇ ਵਿੱਚ ਹੀ ਜੁੜੀ ਹੋਈ ਹੈ, ਜਿਹਨੂੰ ਸਾਡੇ ਪਹਿਲਾਂ ਸਮਝਦੇ ਸੀ ਉਹ ਨਹੀਂ ਹੈ, ਉਹਦੇ ਅਰਥ ਵੱਡੇ ਹੋ ਗਏ ਨੇ ਇਹਦੇ 'ਚ। ਜਿਹੜਾ ਸਮਾਜ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਕਲਾਕਾਰਾਂ ਨੂੰ ਆਪਣੇ ਨਾਇਕ ਮੰਨਣ ਲੱਗ ਜਾਂਦਾ, ਉਹ ਸਮਾਜ ਦਾ ਫਿਰ ਭਵਿੱਖ ਕੀ ਰਹਿ ਜਾਂਦਾ ਜਾਂ ਸਮਾਜ ਕਿਹੜੀ ਦਿਸ਼ਾ ਵੱਲ ਜਾ ਰਿਹਾ ਹੁੰਦਾ? ਅਤੇ ਦੁਨੀਆਂ 'ਚ ਅੱਜ ਇਸ ਵੇਲੇ ਤਾਂ ਮੇਰੇ ਖਿਆਲ 'ਚ ਵੱਡੇ ਹਿੱਸੇ 'ਚ ਉਹੀ ਬੰਦੇ ਆਦਰਸ਼ ਨੇ, ਉਹੀ ਨਾਇਕ ਨੇ ਜਿਹੜੇ ਪਰਦੇ 'ਤੇ ਨੇ, ਜਿਹੜੇ ਸੀਸੇ 'ਤੇ ਨੇ। ਇਹਦਾ ਅਸਲ ਮਤਲਬ ਇਹੀ ਹੈ ਕਿ ਜ਼ਿੰਦਗੀ ਦਾ ਮੁੱਖ ਮਕਸਦ ਮਨੋਰੰਜਨ ਹੈ, ਉਹ ਮਨੋਰੰਜਨ ਜਿਹੜਾ ਕੋਈ ਸਰਕਾਰ ਤੈਅ ਕਰਦੀ ਹੈ। ਇਹ ਖਾਸ ਤਰ੍ਹਾਂ ਦੀ ਜੀਵਨ ਵਿਧੀ ਜਿਹੜੀ ਪਹਿਲਾਂ ਲੋਕ ਨਹੀਂ ਸੀ ਜਿਉਂ ਰਹੇ, ਵੀ ਬੰਦਾ ਆਪਣੀ ਦੇਹੀ ਨੂੰ ਭੋਗ ਕੇ ਇਹ ਮਨੋਰੰਜਨ ਹੋਵੇ, ਇਹਦੇ ਲਈ ਦੁਨੀਆਂ ਸਾਰੀ ਜ਼ੋਰ ਲੱਗਿਆ ਪਿਆ। ਵੀ ਜੋ ਚੱਲਦਾ ਬੰਦੇ ਬੰਦੇ ਦਾ ਵਿਆਹ ਕਰ ਦਿਓ, ਜਵਾਕ ਕਿਰਾਏ 'ਤੇ ਜੰਮਦੇ, ਉਹ ਸਾਰੀਆਂ ਗੱਲਾਂ ਉਸੇ ਪਾਸੇ ਨੂੰ ਜਾਂਦੀਆਂ ਨੇ। ਵੀ ਪੰਜਾਬ ਸਮੇਤ ਦੁਨੀਆਂ ਜਿਹੜੇ ਥਾਵਾਂ 'ਤੇ ਲੋਕ ਵੱਧ ਦੁਖੀ ਹੋਈ ਜਾਂਦੇ ਨੇ, ਮੰਡੀ ਹੋਰ ਵੱਡੀ ਹੋਈ ਜਾਂਦੀ ਹੈ, ਗਾਉਣ ਵਜਾਉਣ ਦੀ ਵੀ, ਨਕਲਾਂ ਦੀ ਵੀ। ਇਹਨੂੰ ਲੋਕ ਵਿਕਾਸ ਮੰਨੀ ਜਾਂਦੇ ਨੇ ਵੀ ਦੇਖੋ ਜੀ ਮੰਡੀ ਵੱਡੀ ਹੋ ਗਈ। ਮਤਲਬ ਜਿਹੜੀ ਚੀਜ਼ 100 ਸਾਲ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਘਰੋਂ ਬਾਹਰ ਹੋਣੀ ਚਾਹੀਦੀ ਹੈ, ਪਿੰਡੋਂ ਹੀ ਬਾਹਰ ਹੋਣੀ ਚਾਹੀਦੀ ਹੈ, ਹੁਣ ਉਹੀ ਮਸ਼ਹੂਰ ਹੋਣ ਦਾ, ਕਮਾਈ ਦਾ ਸਭ ਤੋਂ ਵੱਡਾ ਜ਼ਰੀਆ, ਮੁੱਖ ਜ਼ਰੀਆ ਬਣ ਗਿਆ। ਤਾਂ ਮਨੋਰੰਜਨ ਇਸ ਗੱਲ ਦੇ ਕੰਮ ਆ ਰਿਹਾ ਕਿ ਸਾਡੀ ਪਛਾਣ ਦੁਨੀਆ ਸਾਹਮਣੇ ਕਿਸ ਰੂਪ 'ਚ ਪੇਸ਼ ਹੋਵੇ। ਅੰਗਰੇਜ਼ਾਂ ਨੂੰ ਅਸੀਂ ਫੌਜੀ ਚਾਹੀਦੇ ਸੀ, ਹੁਣ ਵਾਲਿਆਂ ਨੂੰ ਅਸੀਂ ਨੱਚਣ ਟੱਪਣ ਵਾਲੇ ਚਾਹੀਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਸਾਰੀ ਜਿਹੜੀ ਫਿਲਮਾਂ ਬਣਦੀਆਂ ਨੇ ਉਹ ਅਸਲ ਕਹਾਣੀਆਂ ਦੇ ਉੱਤੇ ਜਾਂ ਅਸਲ ਕਿੱਸਿਆਂ ਦੇ ਉੱਤੇ ਆਧਾਰਿਤ ਕਰਕੇ ਬਣਾਈਆਂ ਜਾਂਦੀਆਂ ਨੇ। ਉੱਥੇ ਦਾਅਵਾ ਇਹ ਕੀਤਾ ਜਾਂਦਾ ਵੀ ਇਹਨਾਂ ਦੇ ਨਾਲ ਲੋਕ ਇਤਿਹਾਸ ਤੋਂ ਜਾਣੂ ਹੋਣਾ ਇਹ ਤਾਂ ਹੋ ਗਿਆ, ਵੀ ਜਾਣਕਾਰੀ ਵੀ ਮਿਲਦੀ ਹੈ ਲੋਕਾਂ ਨੂੰ। ਕਈ ਮੁੱਦਿਆਂ ਨੂੰ ਲੈ ਕੇ ਵੀ ਫਿਲਮਾਂ ਬਣਾਈਆਂ ਜਾਂਦੀਆਂ ਨੇ ਵੀ ਇਹ ਫਲਾਣੇ ਮੁੱਦੇ ਦੇ ਉੱਤੇ ਆ, ਇਹਦੇ ਨਾਲ ਲੋਕਾਂ ਨੂੰ ਇਸ ਮੁੱਦੇ ਦੇ ਉੱਤੇ ਜਾਂ ਤਮਾਮ ਜਿਹੜੀ ਜਾਣਕਾਰੀ ਹੈ ਉਹ ਦਿੱਤੀ ਜਾਊਗੀ। ਕੀ ਉਹ ਗੱਲਾਂ ਵੀ ਮਨੋਰੰਜਨ ਦਾ ਹਿੱਸਾ ਨੇ? ਮਨੋਰੰਜਨ ਦਾ ਇੱਕ ਰੂਪ ਹੈ, ਠੀਕ ਹੈ, ਹਿੱਸਾ ਤਾਂ ਹੋਰ ਨੇ ਰਾਜਨੀਤੀ ਜਾਂ ਵਪਾਰ ਦਾ, ਠੀਕ ਹੈ। ਵੀ ਕਦੋਂ ਕਿਹੜੀ ਕਹਾਣੀ ਬਣੂਗੀ, ਕਿਹੜੇ ਮੁੱਦੇ 'ਤੇ ਬਣੂਗੀ, ਇਹ ਰਾਜਨੀਤੀ ਹੀ ਤੈਅ ਕਰਦੀ ਹੈ, ਠੀਕ। ਮਨੋਰੰਜਨ ਦੇ ਰਾਹੀਂ ਲੋਕਾਂ ਨੂੰ ਪੇਸ਼ ਕੀਤੀ ਜਾਂਦੀ, ਕਿਉਂਕਿ ਮਨੋਰੰਜਨ ਕਰਨਾ ਬੰਦੇ ਦਾ ਜ਼ਿੰਦਗੀ ਦਾ ਬਹੁਤ ਵੱਡਾ ਹਿੱਸਾ ਬਣ ਗਿਆ। ਪਹਿਲਾਂ ਲੋਕਾਂ ਲਈ ਇਹ ਜਚਾਇਆ ਕਿ ਤੁਸੀਂ ਮਨੋਰੰਜਨ ਕਰੋ, ਕੰਮ ਘਟਾਓ ਆਪਦਾ, ਨਿੱਜੀ ਜੀਵਨ ਘਟਾਓ ਆਪਦਾ, ਪਰ ਮਨੋਰੰਜਨ ਜ਼ਰੂਰ ਕਰੋ, ਠੀਕ। ਘੁੰਮਣ ਜਾਓ, ਸ਼ਹਿਰ 'ਤੇ ਜਾਓ, ਖਾਣ ਜਾਓ,
ਆਹ ਚੀਜ਼ਾਂ ਵੇਖਣ ਜਾਓ, ਜਿਵੇਂ ਸਿਨੇਮਾ ਜਿਹੜਾ ਉਹ ਹਰ ਹਫ਼ਤੇ ਲੱਗਣ ਲੱਗ ਗਿਆ। ਘਰ ਜਿਹੜਾ ਟੈਲੀਵਿਜ਼ਨ ਆਇਆ ਵੱਡਾ ਹਿੱਸਾ, ਉਹ ਦੋ ਵੇਲੇ ਚੱਲਦਾ ਸੀ, ਹੁਣ ਤੁਹਾਡੀ ਜੇਬ ਵਿੱਚ ਪੈ ਗਿਆ, ਹਰ ਵੇਲੇ ਚੱਲਦਾ ਹੈ ਨਾ। ਜਿਵੇਂ ਜਿਵੇਂ ਪੜਾਅ ਦੂਰ ਤੋਂ ਨੇੜੇ ਆਈ ਜਾਂਦਾ, ਉਵੇਂ ਮਨੋਰੰਜਨ ਦਾ ਘੇਰਾ ਵਧੀ ਜਾਂਦਾ। ਹੁਣ ਬੰਦਾ ਜਾਗਦਾ ਚਾਰ ਪਹਿਰ, ਚਾਰ ਨਹੀਂ ਪੰਜ ਪਹਿਰ ਜਾਗਦਾ ਉਹ, ਅਤੇ ਘੱਟੋ ਘੱਟ ਇੱਕ ਪਹਿਰ ਬੰਦਾ ਸੀਸਾ ਵੇਖਣ ਲੱਗ ਗਿਆ। ਹਰ ਕੋਈ ਲਗਭਗ ਰੋਜ਼ ਵੇਖਣ ਲੱਗ ਗਿਆ, ਮਨੋਰੰਜਨ ਦਾ ਘੇਰਾ ਵਧੀ ਤੁਰਿਆ ਜਾਂਦਾ। ਹੋਰ ਦੁਨੀਆਂ 'ਚ ਕੋਈ ਵੀ ਚੀਜ਼ ਇੰਨੀ ਜ਼ਿਆਦਾ ਨਹੀਂ ਵੱਧ ਰਹੀ ਜਿੰਨਾ ਇਹਦਾ ਘੇਰਾ ਵੱਧ ਰਿਹਾ। ਲੱਚਰਤਾ ਦੀ ਗੱਲ ਹੋਈ ਹੈ, ਉੱਥੇ ਬਹੁਤ ਸਾਰੇ ਲੋਕ ਤਰਕ ਦਿੰਦੇ ਨੇ ਵੀ ਮਨੋਰੰਜਨ ਜਗਤ ਆ ਜਿਹੜਾ, ਜਾਂ ਜੋ ਫਿਲਮੀ ਟੀ ਵੀ ਜੋ ਸੰਸਾਰ ਆ ਇਹ ਵਾਲਾ, ਵੀ ਇਹ ਲੱਚਰਤਾ ਇਸ ਕਰਕੇ ਪਰੋਸਦਾ ਵੀ ਲੋਕ ਦੇਖਣਾ ਚਾਹੁੰਦੇ ਨੇ, ਵੀ ਲੋਕਾਂ ਦੇ ਮਨਾਂ ਦੀ ਜਿਹੜੀ ਗੱਲ ਹੈ ਉਹ ਸਕਰੀਨਾਂ ਰਾਹੀਂ ਲੋਕਾਂ ਦੇ ਸਾਹਮਣੇ ਆ ਗਈ, ਵੀ ਮਨ 'ਚ ਵੀ ਤਾਂ ਪਿਆ ਵੀ ਇਹ ਸਾਹਮਣੇ ਆ ਗਈ, ਫਿਰ ਕੀ ਗੱਲ। ਜਿਹੜਾ ਜੇ ਹੈ ਇਹ ਤਾਂ ਨਹੀਂ ਵਿਆਹਿਆ ਜਾ ਸਕਦਾ ਹੈ ਨਾ, ਵੀ ਜੇ ਐਂ ਹੋ ਜੂ ਫਿਰ ਕੀ ਹੋ ਜੂ, ਜੇ ਆਹ ਹੋ ਗਿਆ ਫਿਰ ਕੀ ਹੋ ਗਿਆ, ਇਹ ਸਮਝਣ ਦਾ ਤਰੀਕਾ ਨਹੀਂ ਹੈ। ਜੇ ਆਉਣ ਵਾਲਾ ਖੇਡਾ ਵੀ ਇੱਕ ਕਿਸੇ ਇੱਕ ਮਨੁੱਖ ਦੇ ਅੰਦਰ ਵੀ ਕਿੰਨਾ ਕੁਝ ਪਿਆ ਹੈ, ਜੋ ਸਾਰਾ ਬਾਹਰ ਕੱਢ ਦਿਓਗੇ ਕੀ ਦੁਨੀਆ ਦੁਨੀਆ ਰਹੇਗੀ, ਕੀ ਇਹ ਸਮਾਜ ਸਮਾਜ ਰਹੇਗਾ। ਸਮਾਜ ਤਾਂ ਹੀ ਸਮਾਜ ਹੈ ਜੇ ਤੁਸੀਂ ਕੋਈ ਮਰਿਆਦਾ ਬੰਨੀ ਹੋਈ ਹੈ, ਚਾਹੇ ਸ਼ਰਮੋ ਸ਼ਰਮੀ ਚਾਹੇ ਸੱਚੇ ਦਿਲੋਂ ਤੁਸੀਂ ਉਹਨੂੰ ਭਾਲ ਰਹੇ ਹੋ ਉਹਨੂੰ। ਠੀਕ, ਜੋ ਮਨੁੱਖ ਦੇ ਅੰਦਰ ਪਿਆ ਹੋਇਆ ਉਹ ਵੀ ਪਹਿਲਾਂ ਸਮਾਜ ਦੇ ਵਿੱਚੋਂ ਜੋ ਦੁਆਲੇ ਪਰੋਸਿਆ ਜਾ ਰਿਹਾ ਉਹਦੇ ਰਾਹੀਂ ਅੰਦਰ ਜਾਂਦਾ ਬੰਦੇ ਦੇ। ਜੇ ਕਿਸੇ ਬੰਦੇ ਨੂੰ ਜੰਗਲ ਛੱਡਿਆ ਆਉਂਗੇ ਤਾਂ ਆਏ ਨਹੀਂ ਕਿ ਉਹਦਾ ਦਿਮਾਗ ਕੂੜੇ ਨਾਲ ਭਰ ਜਾਏਗਾ, ਜੋ ਅੱਜ ਸਾਡੇ ਦਿਮਾਗ ਆਲੇ ਦੁਆਲੇ ਪਾ ਕੇ ਭਰਿਆ ਸਾਡੇ ਸਾਰਿਆਂ ਦੇ, ਇੱਦਾਂ ਨਹੀਂ ਹੈਗਾ। ਜੋ ਬੰਦੇ ਦੇ ਅੰਦਰ ਪਿਆ ਉਹ ਵੀ ਪਹਿਲਾਂ ਤੋਂ ਗੱਲਾਂ ਰਾਹੀਂ ਗੀਤਾਂ ਰਾਹੀਂ ਆਲੇ ਦੁਆਲੇ ਬੰਦੇ ਅੰਦਰ ਪਾਇਆ ਹੋਇਆ, ਉਹਦੇ ਜੰਮਣ ਤੋਂ ਪਹਿਲਾਂ ਪਾਇਆ ਜਾਂਦਾ ਉਹਦੇ 'ਚ। ਕੀ ਲੱਚਰਤਾ ਤੋਂ ਬਿਨਾਂ ਮਨੋਰੰਜਨ ਦੀ ਕਲਪਨਾ ਕੀਤੀ ਜਾ ਸਕਦੀ ਹੈ, ਹੋ ਸਕਦਾ? ਹਾਂ, ਇਹ ਸਭ ਤੋਂ ਵੱਡਾ ਸਵਾਲ ਹੈਗਾ ਕਿ ਦੁਨੀਆਂ 'ਚ ਜਿਹੜਾ ਬਹੁਤਾ ਮਨੋਰੰਜਨ ਹੈ ਉਹ ਦੇਹੀ ਦੇ ਸਵਾਦਾਂ ਦੁਆਲੇ ਕਿਉਂ ਜੁੜਿਆ ਹੈ। ਆਮ ਤੌਰ 'ਤੇ ਲੋਕ ਲੱਚਰਤਾ ਇਕੱਲੇ ਕਾਮਨਾ ਸੰਬੰਧ ਸਮਝ ਲੈਂਦੇ ਨੇ। ਠੀਕ, ਜੇ ਅਸਲ 'ਚ ਦੇਖਣਾ ਹੋਵੇ ਤਾਂ ਬੰਦਾ ਜਿੰਨਾ ਵੀ ਜਿਹੜਾ ਸਵਾਦ ਹੈ, ਸਾਡੇ ਇੱਥੇ ਸ਼ਬਦ ਚੱਲਦਾ ਭੋਗ, ਉਹ ਭੋਗਣ ਦੇ ਵਿੱਚ ਕਾਮ ਵੀ ਹੈ, ਉਹਦੇ 'ਚ ਖਾਣਾ ਵੀ ਹੈ, ਉਹਦੇ 'ਚ ਕੱਪੜੇ ਵੀ ਹੈ, ਉਹਦੇ 'ਚ ਅੱਖਾਂ ਦਾ ਇਕੱਲਾ ਉਹ ਵੀ ਹੈ, ਵੇਖਣ ਵੀ ਹੈ ਨਾ, ਅੱਖੀਆਂ ਵੇਖਣਾ ਰੱਜੀਆਂ। ਵੀ ਮਨੋਰੰਜਨ ਜਿਹੜਾ ਦੇਹੀ ਦੇ ਰਸ ਨੂੰ ਸਿਰਫ ਅਤੇ ਸਿਰਫ ਉਸ ਪੱਧਰ 'ਤੇ ਜਿਹੜਾ ਜਾਨਵਰਾਂ ਦੀ ਪੱਧਰ 'ਤੇ ਹੈ ਉਹ ਲਿਜਾਣ ਦਾ ਨਾਂ ਉਹ ਭੋਗ 'ਚ ਹੈ। ਉਹਨੂੰ ਮਨੋਰੰਜਨ ਮੰਨਣਾ ਮਨੁੱਖਤਾ ਦਰਜੇ ਤੋਂ ਥੱਲੇ ਜਾਣਾ ਹੈ। ਇਹ ਨਹੀਂ ਕਿ ਜਾਨਵਰ ਮਨੋਰੰਜਨ ਨਹੀਂ ਕਰਦੇ, ਕਰਦੇ ਹਨ, ਪਰ ਬੰਦੇ ਹੋਣ ਦਾ ਮਨ ਉਸ ਦਰਜੇ ਤੋਂ ਇੱਕ ਉੱਪਰ ਹੋਣ ਦਾ ਹੈ। ਜਿਹੜਾ ਜਿਹੜਾ ਮਨੋਰੰਜਨ ਬੰਦੇ ਨੂੰ ਉਸ ਦਰਜੇ ਤੋਂ ਉੱਪਰ ਲਿਜਾ ਸਕਦਾ ਉਹਦੇ ਬਾਰੇ ਸੋਚਿਆ ਜਾ ਸਕਦਾ ਕਿ ਉਹ ਸੰਭਵ ਹੈ। ਜਿਹੜਾ ਉਦੋਂ ਥੱਲੇ ਲਿਜਾਂਦਾ ਉਹਨੂੰ ਮੰਨਣਾ ਚਾਹੀਦਾ ਕਿ ਉਹ ਬੰਦੇ ਲਈ ਫਾਇਦੇਮੰਦ ਨਹੀਂ ਹੈਗਾ। ਲੱਚਰਤਾ ਦੀ ਪਰਿਭਾਸ਼ਾ ਵੀ ਠੀਕ ਕਰਨ ਵਾਲੀ ਹੈ ਇਹਦੇ 'ਚ, ਕਿਉਂਕਿ ਮਨੁੱਖ ਦੁਨੀਆਂ ਦੇ ਵਿੱਚ ਆਪਣਾ ਜਿਹੜਾ ਸਭ ਤੋਂ ਵੱਧ ਹਿੱਸਾ ਹੈ ਉਹ ਭੋਗਣ ਦੇ ਬਾਕੀ ਰੂਪਾਂ 'ਚ ਭੋਗਦਾ ਹੈ। ਕਾਮ ਤਾਂ 15-18 ਸਾਲ ਦੀ ਉਮਰ ਤੋਂ ਸ਼ੁਰੂ ਹੁੰਦਾ, ਠੀਕ, ਇੱਕ ਹੱਦ ਤੋਂ ਬਾਅਦ ਬੰਦ ਵੀ ਹੋ ਜਾਂਦਾ, ਘੱਟ ਵੀ ਜਾਂਦਾ। ਜੋ ਖਾਣ ਦਾ ਭੋਗ ਹੈ ਬੰਦੇ ਦਾ ਉਹ ਜੰਮਣ ਸਾਰ ਸ਼ੁਰੂ ਹੋ ਜਾਂਦਾ, ਮਰਨ ਤੱਕ ਮੁੱਕਦਾ ਹੀ ਨਹੀਂ ਹੈ। ਜੋ ਅੱਖਾਂ ਦਾ ਹੈ, ਜੋ ਸੁਣਨ ਦਾ ਹੈ, ਠੀਕ, ਉਹ ਇਹਦੇ ਨਾਲ ਕਿਤੇ ਵੱਡਾ ਹੈ। ਹੁਣ ਵੀ ਦੁਨੀਆਂ ਦੇ ਵਿੱਚ ਜੋ ਨਵਾਂ ਵਰਤਾਰਾ ਚੱਲਿਆ ਹੈ
ਜਿਹਨੂੰ ਅਸੀਂ ਕਹਿੰਦੇ ਨੇ ਵੀ ਖਪਤ ਸੱਭਿਆਚਾਰ ਹੈ, ਉਹ ਵੇਖਣ ਅਤੇ ਸੁਣਨ ਦਾ ਹੀ ਵੱਡਾ ਹੈ। ਅਸਲ 'ਚ ਲੱਚਰਤਾ ਉਹਦੇ ਵਿੱਚ ਹੀ ਜੁੜੀ ਹੋਈ ਹੈ, ਜਿਹਨੂੰ ਸਾਡੇ ਪਹਿਲਾਂ ਸਮਝਦੇ ਸੀ ਉਹ ਨਹੀਂ ਹੈ, ਉਹਦੇ ਅਰਥ ਵੱਡੇ ਹੋ ਗਏ ਨੇ ਉਹਦੇ 'ਚ। ਦੁਨੀਆਂ ਦੇ ਉੱਤੇ ਕੋਈ ਉਦਾਹਰਣਾਂ ਹੈਗੀਆਂ ਨੇ ਇਸ ਗੱਲ ਦੀਆਂ ਵੀ ਜਿੱਥੇ ਇਸ ਸਪਸ਼ਟ ਰੂਪ ਦੇ ਵਿੱਚ ਦਿਸਿਆ ਹੋਵੇ ਕਿ ਮਨੋਰੰਜਨ ਦੇ ਨਾਲ ਇੱਥੇ ਇਸ ਤਰ੍ਹਾਂ ਲੋਕਾਂ ਨੂੰ ਕਾਬੂ ਕਰ ਲਿਆ ਗਿਆ ਜਾਂ ਲੋਕ ਲਹਿਰਾਂ ਨੂੰ ਦਬਾ ਲਿਆ ਗਿਆ ਜਾਂ ਲੋਕਾਂ ਦੇ ਕਿਰਦਾਰਾਂ ਨੂੰ ਮਨੋਦਸ਼ਾ ਨੂੰ ਆਪਣੇ ਮੁਤਾਬਕ ਸਰਕਾਰਾਂ ਵੱਲੋਂ ਜਾਂ ਅਦਾਰਿਆਂ ਵੱਲੋਂ ਆਪਣੇ ਮੁਤਾਬਕ ਘੜ ਲਿਆ ਗਿਆ। ਜੇ ਮੇਰੇ ਖਿਆਲ ਦੁਨੀਆਂ 'ਚ ਸਾਰੇ ਕਿਤੇ ਉਦਾਹਰਣਾਂ ਹੈਗੀਆਂ ਨੇ ਜਿੱਥੇ ਵੀ ਲੋਕ ਗੁਲਾਮ ਕੀਤੇ ਰਾਜਨੀਤਿਕ ਤੌਰ 'ਤੇ ਕਿ ਲੋਕਾਂ ਨੂੰ ਮਨੋਰੰਜਨ ਲਈ ਦੋ ਕੰਮ, ਇੱਕ ਨਸ਼ਾ, ਇੱਕ ਦੇਹ ਭੋਗ, ਇਹ ਉੱਥੇ ਬਦ ਚੱਲਣ ਹੋਇਆ। ਖਾਸ ਕਰ ਜਿਹੜੇ ਹੁਣ ਕਹਿੰਦੇ ਦੁਨੀਆਂ ਦੇ ਪੱਧਰ 'ਤੇ ਜੇ ਦੇਖੋਗੇ, ਇੱਕ ਪਾਸੇ ਜਿਹੜੀ ਉਹ ਮਾਰਕਸਵਾਦ ਦੀ ਗੱਲ ਉੱਠੀ ਲਾਲ ਕ੍ਰਾਂਤੀ, ਤਾਂ ਉਹਦੇ ਬਰਾਬਰ ਇੱਕ ਜਿਹੜੇ ਹਿੱਪੀਆਂ ਦਾ ਕੰਮ ਉੱਠਿਆ ਨਾ, ਉਹਨੂੰ ਬਕਾਇਦਾ ਦੁਨੀਆਂ ਦੇ ਵਿੱਚ ਕਿੰਨੇ ਕੁ ਥਾਵਾਂ 'ਤੇ ਸਰਕਾਰਾਂ ਦੀ ਸ਼ਹਿ ਪ੍ਰਾਪਤ ਸੀ, ਜਿਹੜਾ ਨਸ਼ੇ ਦਾ ਦੁਨੀਆਂ 'ਚ ਵਪਾਰ ਫੈਲਿਆ। ਅੱਜ ਵੀ ਦੁਨੀਆਂ ਦੇ ਵਿੱਚ ਜਿਹੜਾ ਨਸ਼ੇ ਦਾ ਚੱਲਣ ਹੈਗਾ, ਉਹਦੇ ਸਰਕਾਰ ਦੇ ਖੁਫੀਆ ਮਹਿਕਮੇ ਹੁੰਦੇ, ਉਹਨਾਂ ਦੀ ਮਰਜ਼ੀ ਨਾਲ ਹੀ ਚੱਲਦਾ, ਪੁਲਿਸ ਮਹਿਕਮਿਆਂ ਦੀ ਮਰਜ਼ੀ ਨਾਲ ਹੀ ਚੱਲਦਾ। ਠੀਕ, ਇਹ ਲੋਕਾਂ ਨੂੰ ਕਾਬੂ ਕਰਨ ਦੀ ਸਿੱਧੀ ਨੰਗੀ ਚਿੱਟੀ ਮਿਸਾਲ ਹੈ। ਠੀਕ, ਇਸ ਤੋਂ ਬਾਅਦ ਹੋਰ ਮਿਸਾਲ ਨਹੀਂ ਹੋ ਸਕਦੀ ਕੋਈ ਵੀ, ਜਮ੍ਹਾਂ ਨੰਗੀ ਚਿੱਟੀ ਹੈ ਕਿ ਲੋਕਾਂ ਨੂੰ ਮਨੋਰੰਜਨ ਨਾਲ ਕਾਬੂ ਕਰਿਆ ਜਾਂਦਾ। ਆਹ ਹੁਣ ਤੁਸੀਂ ਦੇਖੋ ਵੀ ਕੀ ਕਹਿੰਦੇ ਉਹਨੂੰ ਫੇਸਬੁੱਕ, ਲਗਭਗ ਦੁਨੀਆਂ ਦੀ ਅੱਧੀ ਆਬਾਦੀ ਇੱਕ ਜਿਹੜੀ ਯੁਗਤ ਹੈ, ਜਿਹੜੀ ਉਹ ਐਪ ਹੈ ਉਹਦੇ ਰਾਹੀਂ ਜੁੜੀ ਹੋਈ ਹੈ। ਇੰਨੇ ਜ਼ਿਆਦਾ ਬੰਦਿਆਂ ਨੂੰ ਸੁਨੇਹਾ ਦੇਣ ਲਈ ਮਨੋਰੰਜਨ ਦਾ ਜਿਹੜਾ ਰੂਪ ਵਰਤਿਆ ਜਾ ਰਿਹਾ ਉਹ ਪ੍ਰਤੱਖ ਉਦਾਹਰਣ ਹੈ ਕਿ ਲੋਕਾਂ ਦੀ ਜ਼ਿੰਦਗੀ ਦਾ ਸਮਾਂ ਅਸਲ ਜ਼ਿੰਦਗੀ ਦੀ ਥਾਂ 'ਤੇ ਇੱਕੋ ਸ਼ੀਸ਼ੇ 'ਤੇ ਬੈਠ ਕੇ ਝਾਕਣ 'ਚ ਗੁਜ਼ਰਨ ਲੱਗ ਗਿਆ। 10 ਸਾਲ ਪਹਿਲਾਂ 2.5-2 ਘੰਟੇ ਸੀਗਾ, ਹੁਣ 2.5-3 ਘੰਟੇ ਹੋ ਗਿਆ। ਅਗਲੀ ਪੀੜ੍ਹੀ 'ਤੇ ਖੁਸ਼ਾ ਦਾ ਲੋਕਾਂ ਦੀ ਅੱਧੀ ਜ਼ਿੰਦਗੀ ਸ਼ੀਸ਼ੇ 'ਤੇ ਹੋ ਜਾਏ, ਹੈ ਤਾਂ ਮਨੋਰੰਜਨ, ਹੈ ਤਾਂ ਮਨੋਰੰਜਨ ਦੇ ਨਾਂ ਹੇਠ। ਪਰ ਲੋਕ ਜਿਸ ਹੱਦ ਕਾਬੂ ਹੋ ਗਏ ਨੇ ਉਹਦੇ ਲਈ ਬਕਾਇਦਾ ਨਵੇਂ ਹਸਪਤਾਲ ਬਣ ਗਏ ਨੇ, ਇੱਥੋਂ ਤੱਕ ਕਿ ਜਿਹੜੇ ਬੱਚੇ ਨੇ ਉਹ ਖੇਡਦਿਆਂ ਖੇਡਦਿਆਂ ਉਹਨਾਂ ਦਾ ਪਾਣੀ ਘੱਟ ਜਾਂਦਾ, ਸਰੀਰ ਦਾ ਮਰ ਜਾਂਦੇ ਨੇ, ਨੌਜਵਾਨ ਬੰਦੇ ਮਰ ਜਾਂਦੇ ਨੇ, ਮਨੋਰੋਗੀ ਹੋ ਜਾਂਦੇ ਨੇ। ਪਰ ਮਨੋਰੰਜਨ ਨਾਲ ਕੀ ਕਰਿਆ ਜਾ ਸਕਦਾ, ਇਹਦੀ ਸਭ ਤੋਂ ਪ੍ਰਤੱਖ ਉਦਾਹਰਣ ਤਾਂ ਹੁਣ ਦਾ ਸਮਾਂ ਹੈ ਕਿ ਜਿੱਥੇ ਲੋਕ ਆਪਣੇ ਧੀਆਂ ਪੁੱਤਾਂ ਨੂੰ, ਪਤੀ ਪਤਨੀ ਨੂੰ ਛੱਡ ਕੇ ਬੰਦਾ ਸੀਸਾ ਨਹੀਂ ਛੱਡਦਾ ਹੈ, ਹੁਣ ਤਾਂ ਇਹ ਜਾਦੂ ਸਿਰ ਚੜ੍ਹ ਕੇ ਬੋਲੀ ਜਾਂਦਾ ਹੈ। ਹੁਣ ਤਾਂ ਲੋਕ ਇੰਨੇ ਕਾਬੂ ਹੋ ਗਏ ਨੇ, ਪਹਿਲਾਂ ਕਦੇ ਵੀ ਇਹਨੂੰ ਕਾਬੂ ਨਹੀਂ ਸੀ ਹੋਏ ਕਿਸੇ ਵੱਡੇ ਤੋਂ ਵੱਡੇ ਜ਼ਾਲਮ ਦੇ ਵੀ। ਲੋਕ ਆਜ਼ਾਦ ਸੀ ਕਿ ਕੀ ਸੁਣਨ, ਕੀ ਪੜ੍ਹਨ, ਕੀ ਵੇਖਣ। ਹੁਣ ਤਾਂ ਮਨੋਰੰਜਨ ਦੇ ਨਾਂ 'ਤੇ ਲੋਕ ਖਾਣ ਪੀਣ, ਪਹਿਰਾਵਾ, ਵੀ ਕਿੱਥੇ ਉਹ ਵੇਖਣ ਜਾਣ, ਕਿੱਥੇ ਉਹ ਨਹਾਉਣ ਜਾਣ, ਕਿੱਥੇ ਉਹ ਖਾਣ ਜਾਣ, ਸਭ ਮਨੋਰੰਜਨ ਦੇ ਰਾਹੀਂ ਤੈਅ ਹੁੰਦਾ। ਪਿੱਛੇ ਕਿਸੇ ਨੇ ਖੋਜ ਛਾਪੀ ਆ ਵੀ ਅਮਰੀਕਾ ਵਰਗੇ ਮੁਲਕਾਂ ਜਿਹੜੇ ਜਵਾਕ ਨੇ 20 ਸਾਲ ਤੋਂ ਛੋਟੇ, ਉਹ ਤਾਂ ਕੀ ਖਰੀਦਣ ਕੀ ਪਾਉਣ, ਉਹ ਮਨੋਰੰਜਨ ਦੀਆਂ ਯੁਗਤਾਂ 'ਚੋਂ ਜਾਂਦੇ ਨੇ, ਜਿਹਨੂੰ ਕੀ ਕਹਿੰਦੇ ਟਿਕਟੋਕ ਵਗੈਰਾ 'ਚੋਂ ਹੀ, ਵੀ ਉੱਥੋਂ ਹੀ ਤੈਅ ਕਰਦੇ ਨੇ ਕੀ ਖਰੀਦਣਾ ਉਹਨਾਂ ਨੇ। ਮਨੁੱਖਤਾ ਦਾ ਸਭ ਤੋਂ ਵੱਡਾ ਹਿੱਸਾ ਮਨੋਰੰਜਨ ਰਾਹੀਂ ਕਾਬੂ ਹੀ ਹੁੰਦਾ, ਸਿੱਖਿਆ ਰਾਹੀਂ ਬਹੁਤ ਥੋੜ੍ਹੇ ਕਾਬੂ ਹੁੰਦੇ ਆ ਲੋਕ, ਜਿਹਨਾਂ ਰਾਹੀਂ ਬਹੁਤ ਥੋੜ੍ਹੇ ਲੋਕ ਕਾਬੂ ਹੁੰਦੇ ਨੇ, ਹਸਪਤਾਲਾਂ ਰਾਹੀਂ ਲੋਕ ਬਹੁਤ ਥੋੜ੍ਹੇ ਕਾਬੂ ਹੁੰਦੇ ਨੇ, ਸਭ ਤੋਂ ਵੱਧ ਲੋਕ ਕਾਬੂ ਜਿਹੜੇ ਕੀਤੇ ਜਾ ਸਕਦੇ ਉਹ ਮਨੋਰੰਜਨ ਰਾਹੀਂ ਕਾਬੂ ਹੁੰਦੇ ਨੇ। ਜੋ ਪੰਜਾਬ ਦੇ ਕੁਝ ਮਨੋਰੰਜਨ ਜਗਤ ਦੇ ਵਿੱਚ ਇਹ ਗੱਲ ਆਖੀ ਜਾਂਦੀ ਹੈ ਵੀ
ਵੀ ਇਹ ਫਲਾਣਾ ਬੰਦਾ ਜਿਹੜਾ ਪੰਜਾਬ ਦੇ ਮਨੋਰੰਜਨ ਜਗਤ ਦੇ ਨਾਲ ਜੁੜਿਆ ਹੋਇਆ, ਇਹ ਸਿੱਖਾਂ ਦੇ ਪੰਜਾਬੀਆਂ ਦੇ ਚਿੰਨ੍ਹਾਂ ਨੂੰ ਬਹੁਤ ਅੱਗੇ ਲੈ ਗਿਆ, ਇਹ ਕੜੇ ਨੂੰ ਕੋਈ ਬਹੁਤ ਅੱਗੇ ਲੈ ਗਿਆ, ਕੋਈ ਸਿੱਖਾਂ ਦੀ ਦਸਤਾਰ ਨੂੰ ਪੂਰੀ ਦੁਨੀਆਂ ਦੇ ਵਿੱਚ ਮਕਬੂਲ ਕਰਾ ਗਿਆ, ਇਹ ਗੱਲ ਕਹੀ ਜਾਂਦੀ ਉਹਨਾਂ ਦੇ ਵੱਲੋਂ। ਜਾਂ ਕੋਈ ਕਹਿੰਦਾ ਵੀ ਇਹ ਪੰਜਾਬੀ ਸੱਭਿਆਚਾਰ ਨੂੰ, ਪੰਜਾਬੀ ਸ਼ਬਦਾਂ ਨੂੰ ਵੀ, ਜਿਹੜੇ ਪੰਜਾਬੀ ਭਾਸ਼ਾ ਦੇ ਸ਼ਬਦਾਂ ਨੂੰ ਵੀ ਬੰਦੇ ਬਹੁਤ ਅੱਗੇ ਤੱਕ ਲੈ ਗਏ। ਤਾਂ ਤੁਹਾਡਾ ਕੀ ਮੰਨਣਾ ਵੀ ਇਹਦੇ ਨਾਲ ਕੀ ਪ੍ਰਚਾਰ ਨਹੀਂ ਕੀਤਾ ਜਾ ਸਕਦਾ ਚਿੰਨ੍ਹਾਂ ਦਾ, ਦਸਤਾਰਾਂ ਦਾ, ਸ਼ਬਦਾਂ ਦਾ, ਜਾਂ ਇਹ ਉਲਟੇ ਪੈਂਦੇ? ਜਿਹੜੇ ਕੋਈ ਚਿੰਨ੍ਹ ਨੇ ਉਹ ਕਿਹੜਿਆਂ ਸ਼ਬਦਾਂ ਨਾਲ ਦੁਨੀਆਂ 'ਚ ਜਾ ਰਹੇ ਨੇ, ਕਿਹੜੇ ਰੁਤਬੇ ਨਾਲ ਜਾ ਰਹੇ ਨੇ? ਠੀਕ, ਜੇ ਸਿੱਖ ਹੋਣ ਦਾ ਮਾਨਾ ਮਨੋਰੰਜਨ ਹੈ, ਜੇ ਸਿੱਖ ਹੋਣ ਦਾ ਮਾਨਾ ਮਨੋਰੰਜਨ ਕਰਨਾ ਹੈ, ਫਿਰ ਤਾਂ ਇਹ ਗੱਲ ਸੰਭਵ ਹੋ ਸਕਦੀ ਹੈ ਕਿ ਜਿਹੜੇ ਬੰਦੇ ਨਕਲਾਂ ਕਰਦੇ ਨੇ ਜਾਂ ਜਿਹੜੇ ਬੰਦੇ ਨੱਚਣ ਟੱਪਣ ਕਰਦੇ ਨੇ ਉਹ ਕੋਈ ਸਿੱਖੀ ਦਾ ਚਿੰਨ੍ਹ ਜਾਂ ਪੰਜਾਬੀ ਸੱਭਿਆਚਾਰ ਦਾ ਚਿੰਨ੍ਹ ਪਾ ਕੇ ਦੁਨੀਆਂ ਜਾ ਰਹੇ ਨੇ, ਫਿਰ ਤਾਂ ਸੰਭਵ ਹੈ। ਜੇ ਅਸੀਂ ਇਹ ਸਮਝਦੇ ਹਾਂ ਵੀ ਸਿੱਖ ਹੋਣ ਦਾ ਮਾਨਾ ਜਾਂ ਪੰਜਾਬੀ ਹੋਣ ਦਾ ਮਾਨਾ ਇਹ ਮਨੋਰੰਜਨ ਤੋਂ ਵੱਖਰਾ ਹੈ, ਇਹ ਜੇ ਮੁੱਖ ਮਕਸਦ ਮਨੋਰੰਜਨ ਨਹੀਂ ਹੈ, ਸਾਡੇ ਕੋਈ ਸ਼ਰਮ ਵੀ ਹੁੰਦੀ ਹੈ, ਸਾਡੇ ਕੋਈ ਅਣਖ ਵੀ ਹੁੰਦੀ ਹੈ, ਜੇ ਇੱਦਾਂ ਦੀਆਂ ਗੱਲਾਂ ਹਨ ਫਿਰ ਇਹ ਇਹਦੇ ਨਾਲ ਵੱਖਰਾ ਹੈ। ਇੱਕ ਤਾਂ ਇਹ ਪੱਖ, ਇਹਦੋਂ ਅਗਲਾ ਇਹ ਕਈ ਵਾਰੀ ਇੱਕ ਚਲਾਈ ਹੋਈ ਗੱਲ ਹੁੰਦੀ ਹੈ, ਮਤਲਬ ਘੱਟੋ ਘੱਟ ਮੈਂ ਹੁਣ ਤੱਕ 5-6 ਗਵਾਈਆਂ ਬਾਰੇ ਜਾਣਦਾ ਗੱਲ ਨੂੰ ਵੀ ਉਹ ਜਿਹਨੇ ਤੂਤਕ ਤੂਤਕ ਗਾਇਆ ਸੀ ਵੀ ਉਹ ਜੀ ਸਾਰੀ ਦੁਨੀਆਂ 'ਚ ਪੰਜਾਬੀਆਂ ਦੀ ਪੱਗ ਲੈ ਗਿਆ। ਠੀਕ, ਔਰ 2-3 ਕਲਾਕਾਰਾਂ ਦਾ ਹੁਣ ਜਿਹੜਾ ਨਾਂ ਚੱਲਿਆ ਵੀ ਉਹਨੇ ਵੀ ਪੱਗ ਮਸ਼ਹੂਰ ਕਰਤੀ, ਉਹਨੇ ਵੀ ਪੱਗ ਮਸ਼ਹੂਰ ਕਰਤੀ, ਇੱਦਾਂ ਲੱਗਦਾ ਜਿੱਦਾਂ ਪੱਗ ਦੀ ਪਹਿਲਾਂ ਥਾਂ ਨਹੀਂ ਸੀ ਦੁਨੀਆਂ 'ਚ ਕਿਤੇ। ਵੀ ਮਨਮੋਹਨ ਸਿੰਘ ਮੁੱਖ ਮੰਤਰੀ ਪ੍ਰਧਾਨ ਮੰਤਰੀ ਬਣ ਗਿਆ, ਉਹਨੇ ਪੱਗ ਮਸ਼ਹੂਰ ਕਰਤੀ। ਜੋ ਸਿੱਖਾਂ ਨੇ ਇਤਿਹਾਸ ਬਣਾਇਆ, ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਉਹਦੇ ਬਾਰੇ ਪਹਿਲੇ ਦੋਨੇ ਗੱਲ ਇਹ ਹੈ, ਪੱਗ ਤੇਰੀ ਕੀ ਜਹਾਂਗੀਰ ਦੀ। ਠੀਕ, 6ਵੇਂ ਪਾਤਸ਼ਾਹ ਨੇ ਤਖ਼ਤ ਬਣਾਇਆ ਤਾਂ ਢਾਡੀਆਂ ਨੇ ਉੱਥੇ ਬਾਹਰ ਹੀ ਇਹ ਗਾਈ। ਠੀਕ, ਇਸ ਕਰਕੇ ਜਿੱਥੋਂ ਤੱਕ ਪੱਗ ਦਾ ਸਵਾਲ ਹੈ ਉਹ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਾਡੇ ਘੱਟੋ ਘੱਟ ਪੰਜਾਬ 'ਚ ਜਾਂ ਸਿੱਖਾਂ 'ਚ ਕਿੱਥੇ ਜੁੜੀ ਹੋਈ ਇਹਦੀ ਥਾਂ ਮਾਨਤਾ। ਅੱਜ ਦੇ ਕਿਸੇ ਬੰਦੇ ਦੇ ਨਾਲ ਇਹਨੂੰ ਮਾਨਤਾ ਨਹੀਂ ਮਿਲ ਰਹੀ, ਇਹ ਤੋਂ ਉਲਟਾ ਕੁਛ ਬੰਦਿਆਂ ਨੂੰ ਮਾਨਤਾ ਮਿਲ ਗਈ ਕਿ ਉਹਨਾਂ ਨੇ ਪੱਗ ਬੰਨ੍ਹੀ ਹੋਈ ਹੈ। ਪੱਗ ਬੰਦਿਆਂ ਕਰਕੇ ਮਸ਼ਹੂਰ ਨਹੀਂ ਹੈ, ਬੰਦੇ ਪੱਗ ਕਰਕੇ ਮਸ਼ਹੂਰ ਹੋਏ ਨੇ। ਅਸਲ ਗੱਲ ਇਹ ਹੈ ਕਿ ਉਹਨਾਂ ਲੋਕਾਂ ਨੂੰ ਇਹੀ ਹਾਲ ਪੰਜਾਬੀ ਬਾਰੇ 'ਚ ਕਿ ਗਾਉਣ ਵਾਲਿਆਂ ਨੇ ਜਾਂ ਕਲਾਕਾਰਾਂ ਨੇ ਕਰਕੇ ਪੰਜਾਬੀ ਮਸ਼ਹੂਰ ਨਹੀਂ ਕੀਤੀ, ਉਹਨਾਂ ਨੇ ਪੰਜਾਬੀ 'ਚ ਗਾਇਆ ਜਾਂ ਪੰਜਾਬੀ ਨਕਲ ਕੀਤੀ ਉਹ ਤਾਂ ਮਸ਼ਹੂਰ ਹੋ ਗਏ ਨੇ। ਅਸਲ ਇਹ ਹੈ, ਪਰ ਉਹ ਜਿਹੜੇ ਸ਼ਬਦਾਂ 'ਚ ਸਾਡੀ ਛਵੀ ਲੈ ਕੇ ਜਾਂਦੇ ਆ ਪੰਜਾਬੀ ਸੱਭਿਆਚਾਰ ਦੀ ਜਾਂ ਸਿੱਖੀ ਦੀ, ਉਹ ਜ਼ਰੂਰ ਵੇਖਣ ਵਾਲੀ ਹੈ ਕਿ ਉਹ ਕੀ ਬਣ ਕੇ ਲੈ ਕੇ ਜਾਂਦੇ ਨੇ ਦੁਨੀਆਂ ਸਾਹਮਣੇ। ਜਿਹੜੀ ਸਿੱਖਾਂ ਦੀ ਛਵੀ ਹੈ ਜਾਂ ਪੰਜਾਬੀਆਂ ਦੀ ਛਵੀ ਬਣੀ ਹੋਈ ਹੈ ਉਹ ਬੱਲੇ ਬੱਲੇ ਬਣੀ ਹੋਈ ਹੈ, ਉਹ ਮਨੋਰੰਜਨ ਮੰਡੀ ਕਰਕੇ ਬਣੀ ਹੋਈ ਹੈ ਕਿ ਸਾਡੀ ਦੁਨੀਆਂ ਸਾਹਮਣੇ ਪੇਸ਼ਕਾਰੀ ਜਿਹੜੀ ਇਸ ਰੂਪ 'ਚ ਜ਼ਿਆਦਾ ਹੋ ਰਹੀ ਹੈ। ਅੰਗਰੇਜ਼ਾਂ ਨੂੰ ਅਸੀਂ ਫੌਜੀ ਚਾਹੀਦੇ ਸੀ, ਹੁਣ ਵਾਲਿਆਂ ਨੂੰ ਅਸੀਂ ਨੱਚਣ ਟੱਪਣ ਵਾਲੇ ਚਾਹੀਦੇ ਆ। ਤਾਂ ਮਨੋਰੰਜਨ ਇਸ ਗੱਲ ਦੇ ਕੰਮ ਆ ਰਿਹਾ ਕਿ ਸਾਡੀ ਪਛਾਣ ਦੁਨੀਆਂ ਸਾਹਮਣੇ ਕਿਸ ਰੂਪ 'ਚ ਪੇਸ਼ ਹੋਵੇ, ਅਤੇ ਇੰਨੀ ਕੁ ਸਮਰੱਥਾ ਉਹਨਾਂ 'ਚ ਹੁੰਦੀ ਹੈ ਕਿ ਤੁਹਾਡੇ ਲੋਕਾਂ ਨੂੰ ਗੱਲ ਮਨਾ ਲੈਂਦੇ ਨੇ ਕਿ ਇਹਦੇ 'ਚ ਜ਼ਿਆਦਾ ਵਧੀਆ ਗੱਲ ਹੈ। ਜਿਹੜੇ ਸਮਾਜ ਦੇ ਨਾਇਕ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਹੁੰਦੇ ਨੇ, ਜਿਹੜਾ ਸਮਾਜ ਮਨੋਰੰਜਨ ਜਗਤ ਦੇ ਨਾਲ ਜੁੜੇ ਹੋਏ ਕਲਾਕਾਰਾਂ ਨੂੰ
ਆਪਣੇ ਨਾਇਕ ਮੰਨਣ ਲੱਗ ਜਾਂਦਾ, ਉਹ ਸਮਾਜ ਦਾ ਫਿਰ ਭਵਿੱਖ ਕੀ ਰਹਿ ਜਾਂਦਾ ਜਾਂ ਸਮਾਜ ਕਿਹੜੀ ਦਿਸ਼ਾ ਵੱਲ ਨੂੰ ਜਾ ਰਿਹਾ ਹੁੰਦਾ? ਅਤੇ ਦੁਨੀਆਂ 'ਚ ਅੱਜ ਇਸ ਵੇਲੇ ਤਾਂ ਮੇਰੇ ਖਿਆਲ 'ਚ ਵੱਡੇ ਹਿੱਸੇ 'ਚ ਉਹੀ ਬੰਦੇ ਆਦਰਸ਼ ਨੇ, ਉਹੀ ਨਾਇਕ ਨੇ ਜਿਹੜੇ ਪਰਦੇ 'ਤੇ ਨੇ, ਜਿਹੜੇ ਸੀਸੇ 'ਤੇ ਨੇ। ਠੀਕ, ਇਹਦਾ ਅਸਲ ਮਤਲਬ ਇਹੀ ਹੈ ਕਿ ਜ਼ਿੰਦਗੀ ਦਾ ਮੁੱਖ ਮਕਸਦ ਮਨੋਰੰਜਨ ਹੈ। ਜਦੋਂ ਪੰਜਾਬ 'ਚ ਖਾੜਕੂ ਲਹਿਰ ਸੀ ਉਦੋਂ ਇਹ ਗੀਤ ਚੱਲਦਾ ਹੁੰਦਾ ਸੀ, ਇੱਕ ਖਾਓ ਪੀਓ ਐਸ਼ ਕਰੋ ਮਿੱਤਰੋ, ਬਹੁਤ ਮਸ਼ਹੂਰ ਹੋਇਆ ਸੀ। ਇਹ ਜਿਹੜੇ ਆਦਰਸ਼ ਬਣ ਗਏ ਲੋਕਾਂ ਦੇ, ਹੁਣ ਜਿਹੜੇ ਕਲਾਕਾਰ ਨੇ, ਨਕਲਾਂ ਕਰਨ ਵਾਲੇ ਜਾਂ ਗਾਉਣ ਵਾਲੇ, ਉਹ ਇਸ ਗੱਲ ਦਾ ਸਬੂਤ ਨੇ ਕਿ ਜੀਵਨ ਦੀ ਧਾਰਾ ਮਨੋਰੰਜਨ ਨੂੰ ਮੁੱਖ ਮੰਨ ਕੇ ਚੱਲ ਰਹੀ ਹੈ। ਇਸ ਤੋਂ ਵੀ ਹੈਗਾ, ਜੀਵਨ ਦੀ ਧਾਰਾ ਬਾਜ਼ਾਰ ਨੂੰ ਜਾਂ ਮੰਡੀ ਨੂੰ ਮੁੱਖ ਮੰਨ ਕੇ ਚੱਲ ਰਹੀ ਹੈ। ਤਾਂ ਉਸ ਹਿਸਾਬ ਨਾਲ ਉਹੀ ਨਾਇਕ ਬਣਨਗੇ। ਉਦੋਂ ਉਲਟੇ ਜੀਵਨ ਵਾਲੇ ਬੰਦੇ ਜੋ ਕਹਿੰਦੇ ਵੀ ਬੰਦੇ ਦਾ ਅਮਲ ਅਤੇ ਸ਼ਬਦ ਇੱਕੋ ਹੋਣ, ਉਹ ਫਿਰ ਨਾਇਕ ਨਹੀਂ ਬਣਨਗੇ। ਇੱਕ ਜਿਹੜਾ ਕਲਾਕਾਰ ਨਕਲਾਂ ਵਾਲਾ ਬੰਦਾ, ਉਹ ਹਜ਼ਾਰਾਂ ਹਜ਼ਾਰਾਂ ਬੰਦਿਆਂ ਦੀ ਜੂਨ ਹੰਢਾ ਜਾਂਦਾ, ਉਹਨੂੰ ਲੋਕ ਕਲਾਕਾਰ ਸਮਝਦੇ ਆ, ਉਹਨੂੰ ਬਿਹਤਰ ਸਮਝਦੇ ਕਲਾਕਾਰ, ਉਹ ਆਦਰਸ਼ ਬਣਦਾ। ਮਤਲਬ ਇੱਕੋ ਬੰਦਾ ਇੱਕੋ ਦੇਹ 'ਚ ਕਈ ਸਾਰੀਆਂ ਜੂਨਾਂ ਜਿਉਵੇਂ ਜਾਂ ਜਿਉਣ ਦੀ ਕਲਪਨਾ ਕਰੇ ਜਾਂ ਨਕਲ ਕਰੇ, ਉਹਦਾ ਆਦਰਸ਼ ਬਣਦਾ। ਇਹੀ ਮਤਲਬ ਹੈ ਕਿ ਜਿਹੜੀ ਅਸਲ ਜ਼ਿੰਦਗੀ ਹੈ, ਜਿਹੜੀ ਅਮਲੀ ਜ਼ਿੰਦਗੀ ਹੈ, ਉਹਦਾ ਮਨ ਛੋਟਾ ਹੋਵੇ। ਅਸਲ ਜ਼ਿੰਦਗੀ, ਅਮਲੀ ਜ਼ਿੰਦਗੀ ਦੀ ਜਿਹੜੀ ਸੰਭਾਵਨਾ, ਜਿਹੜੀ ਕਲਪਨਾ ਹੈ, ਉਹ ਕਿਸੇ ਵੀ ਥਾਂ ਦੇ ਨੈਤਿਕ ਜਾਂ ਧਾਰਮਿਕ ਨਿਯਮਾਂ ਨਾਲ ਜੁੜੀ ਹੁੰਦੀ ਹੈ। ਉੱਥੇ ਬੰਦੇ ਨੂੰ ਹਟਕਿਆ ਜਾਂਦਾ ਵੀ ਭਾਈ ਉਹ ਕਲਪਨਾ ਨਾ ਕਰੋ ਜੋ ਅਮਲੀ ਜ਼ਿੰਦਗੀ ਤੋਂ ਦੂਰ ਲੈ ਜਾਵੇ। ਤਾਂ ਜਿਹਨੂੰ ਮਨੋਰੰਜਨ ਕਿਹਾ ਜਾ ਰਿਹਾ, ਜਿਹਨੂੰ ਕਲਾ ਕਿਹਾ ਜਾ, ਉੱਥੇ ਹੁਣ ਸਭ ਕੁਛ ਇਹੀ ਪ੍ਰੋਸੈਸ ਜਾ ਰਿਹਾ ਕਿ ਭਾਈ ਅਮਲੀ ਜ਼ਿੰਦਗੀ ਤੋਂ ਦੂਰ ਚੱਲੋ। ਜੇ ਇੱਕ ਦੇਹ 'ਚ ਕਈ ਜੂਨਾਂ ਨਹੀਂ ਹੰਢਾ ਸਕਦੇ ਤਾਂ ਕਲਪਨਾ ਦੇ ਪੱਧਰ 'ਤੇ ਕਈ ਜੂਨਾਂ ਹੰਢਾਓ। ਜੇ ਨਹੀਂ ਹੰਢਾ ਕਲਪਨਾ ਵਜੋਂ ਨਹੀਂ ਹੰਢਾ ਸਕਦੇ ਤਾਂ ਹੋਰਾਂ ਦੀ ਕੀਤੀ ਕਲਪਨਾ ਵੇਖ ਕੇ ਹੀ ਸਾਰ ਲਓ ਕਿ ਇਹਨੂੰ ਮਨੋਰੰਜਨ ਮੰਨ ਲਓ ਇਸ ਗੱਲ ਨੂੰ। ਗੀਤਾਂ ਨੂੰ ਸੁਣ ਲਓ, ਪਰਛਾਵੇਂ ਕਹਾਣੀਆਂ ਨੂੰ ਦੇਖ ਲਓ। ਜਿਹੜੇ ਗੀਤ ਨੇ ਉਹ ਮਨੁੱਖੀ ਬਿਰਤੀ ਦੇ ਉੱਤੇ ਕਿਵੇਂ ਦਾ ਅਸਰ ਪਾਉਂਦੇ ਨੇ, ਵੀ ਉਹ ਕਿਵੇਂ ਘਟਦੇ ਜਾਂਦੇ? ਸ਼ਬਦ ਵਜੋਂ ਸਭ ਤੋਂ ਤਾਕਤਵਰ ਅਸਰ ਬੰਦੇ 'ਤੇ ਗੀਤ ਦਾ ਹੀ ਪੈਂਦਾ। ਜੇ ਉਹ ਸੰਗੀਤ ਦੇ ਨਾਲ ਪਰੋਇਆ ਹੋਇਆ ਤਾਂ ਹੋਰ ਵੱਧ ਪੈਂਦਾ ਹੈ। ਸੰਗੀਤ ਜੋ ਕੰਧਾਂ ਕੌਲਿਆਂ 'ਤੇ ਅਸਰ ਕਰਦਾ, ਸ਼ਬਦ ਨਾਲ ਵੱਧ ਕਰਦਾ। ਜੇ ਸੁਰ ਵੱਧ ਹੋ ਗਿਆ ਸੰਗੀਤ ਦੇ ਨਾਲ ਸ਼ਬਦ, ਤਾਂ ਗੀਤ ਉਹਦਾ ਸਭ ਤੋਂ ਪ੍ਰਤੱਖ ਰੂਪ ਹੈ। ਜੇ ਕੋਈ ਕਹੇ ਵੀ ਇਹਦਾ ਅਸਰ ਨਹੀਂ ਹੁੰਦਾ ਤਾਂ ਫਿਰ ਉਹ ਕਹਿ ਰਿਹਾ ਕਿ ਬੰਦੇ 'ਤੇ ਕਿਸੇ ਚੀਜ਼ ਦਾ ਅਸਰ ਨਹੀਂ ਹੁੰਦਾ। ਠੀਕ, ਮਨੁੱਖਤਾ ਦੇ ਉੱਤੇ ਸ਼ਬਦ ਵਜੋਂ ਗੀਤ ਦਾ ਸਭ ਤੋਂ ਵੱਧ ਅਸਰ ਹੈ। ਗੁਰਬਾਣੀ ਖੁਦ ਸੰਗੀਤ ਦੇ ਕਾਵਿ ਦੇ ਵਿੱਚ ਹੈ। ਕੀ ਮਨੋਰੰਜਨ ਇਤਿਹਾਸ ਨੂੰ, ਆਪਣੇ ਇਤਿਹਾਸ ਨੂੰ ਦੁਨੀਆਂ ਦੇ ਸਾਹਮਣੇ ਰੱਖਣ ਦਾ ਇੱਕ ਵੱਡਾ ਸਾਧਨ ਨਹੀਂ ਸਾਬਤ ਹੋ ਸਕਦਾ? ਜਿਹੜਾ ਮਨੋਰੰਜਨ ਹੈ, ਮੇਰਾ ਅੰਦਾਜ਼ਾ ਇਹ ਹੈ ਵੀ ਕਿਸੇ ਦੇ ਇਤਿਹਾਸ ਨੂੰ ਵੀ ਦੁਨੀਆਂ ਸਾਹਮਣੇ ਪੇਸ਼ ਕਰਨ ਦਾ ਸਾਧਨ ਨਹੀਂ ਹੋ ਸਕਦਾ, ਖਾਸ ਕਰਕੇ ਜਿਨ੍ਹਾਂ ਦੀ ਹਸਤੀ ਧਰਮ 'ਤੇ ਆਧਾਰਿਤ ਹੈ, ਜਿਨ੍ਹਾਂ ਦੀ ਹਸਤੀ ਖਿਆਲ ਦੇ ਉੱਤੇ ਆਧਾਰਿਤ ਹੈ। ਕਿਉਂਕਿ ਜੇ ਇਹ ਰਾਹ ਹੁੰਦਾ ਧਰਮ ਅਤੇ ਇਤਿਹਾਸ ਨੂੰ ਪੇਸ਼ ਕਰਨ ਦਾ, ਤਾਂ ਇਹ ਪੱਕਾ ਹੀ ਪਤਾ ਦੁਨੀਆਂ 'ਚ ਸਰਕਾਰਾਂ ਨੇ ਲੋਕਾਂ ਨੂੰ ਆਪਣਾ ਧਰਮ ਇਤਿਹਾਸ ਇੱਦਾਂ ਕਹਿਣ ਦੀ ਲੋੜ ਥਾਂ ਦੇਣੀ ਨਹੀਂ ਸੀ। ਪਰ ਇਹਦੇ ਉਲਟ ਪੰਜਾਬ 'ਚ ਦੇਖੋ ਕਿ ਜਿਹੜੇ ਸਿੱਖ ਜੇਲ੍ਹਾਂ 'ਚ ਬੰਦ ਨੇ,
ਜਿਹੜੇ ਮੁਕੱਦਮੇ ਕਰਕੇ ਉਹਨਾਂ ਦੇ ਨਾਂ ਦੇ ਉੱਤੇ ਫਿਲਮ ਬਣ ਕੇ ਚੱਲ ਗਈ ਇੱਥੇ ਸਰਕਾਰ ਦੀ ਆਗਿਆ ਨਾਲ। ਜਿਹੜੀ ਫਿਲਮ ਚੱਲੀ ਵੀ ਨਹੀਂ ਸੀ ਉਹਨੂੰ ਸਰਕਾਰ ਨੇ ਅਵਾਰਡ ਦਿੱਤਾ ਨਾਨਕ ਸ਼ਾਹ ਫਕੀਰ ਨੂੰ। ਕਾਹਦੇ ਕਰਕੇ? ਉਹ ਚਾਹੁੰਦੇ ਨੇ ਕਿ ਧਰਮ ਅਤੇ ਇਤਿਹਾਸ ਦੀ ਜਿਹੜੀ ਗੱਲ ਹੈ ਉਹ ਮਨੋਰੰਜਨ ਦੇ ਪਿੜ 'ਚ ਆਵੇ, ਭੋਗਣ ਦਾ ਕੂੜਾ ਬਣੇ। ਕਿ ਜੋ ਭੋਗਣ ਦਾ ਹਿੱਸਾ ਬਣ ਗਈ ਉਹ ਆਦਰਸ਼ ਨਹੀਂ ਰਹਿੰਦੀ। ਪ੍ਰਚਾਰ ਨਾਲ ਇੱਕ ਵਹਿਮ ਫੈਲਦਾ ਜਾਂ ਵਪਾਰ ਫੈਲਦਾ, ਠੀਕ। ਲੋਕਾਂ ਦੇ ਅਸਰ ਕਿਰਦਾਰ ਨਾਲ ਹੀ ਪੈਂਦਾ ਹੈ, ਚੰਗਾ ਪਵੇ ਜਾਂ ਮਾੜਾ ਪਵੇ। ਅਤੇ ਜਿਹੜਾ ਕਿਰਦਾਰ ਤੁਸੀਂ ਪੇਸ਼ ਕਰ ਦਿੱਤਾ ਮਨੋਰੰਜਨ ਦੇ ਰੂਪ 'ਚ ਉਹ ਉੱਚਾ ਨਹੀਂ ਹੋ ਸਕਦਾ। ਉਹ ਜਿਹਨੂੰ ਇਤਿਹਾਸਕ ਪੁਰਖ ਨੂੰ ਪੇਸ਼ ਕੀਤਾ ਉਹਨੂੰ ਥੱਲੇ ਲੈ ਕੇ ਆਉਂਗੇ। ਪਰ ਇਸ ਹਿਸਾਬ ਨਾਲ ਤਾਂ ਜ਼ਿੰਦਗੀ ਰੁੱਖੀ ਹੋ ਜੂਗੀ ਵੀ ਬੰਦਾ ਨਾ ਜਾਵੇ ਕਿਤੇ, ਨਾ ਮਤਲਬ ਆਪਣੇ ਖੁਸ਼ੀ ਵਾਸਤੇ ਕੁਝ ਚੀਜ਼ਾਂ ਨੂੰ ਦੇਖੇ, ਆਪਣੇ ਮਾਨਸਿਕ ਸੰਤੁਸ਼ਟੀ ਵਾਸਤੇ ਕੁਝ ਚੀਜ਼ਾਂ ਨੂੰ ਦੇਖੇ, ਇਹਦੇ ਬਿਨਾਂ ਤਾਂ ਜ਼ਿੰਦਗੀ ਬਹੁਤ ਰੁੱਖੀ ਸੁੱਖੀ ਹੋ ਜਾਵੇ। ਨਹੀਂ, ਖੁਸ਼ੀ ਕਾਹਦੇ 'ਚ ਹੁੰਦੀ ਹੈ, ਕੌਣ ਤੈਅ ਕਰਦਾ? ਇਹ ਬਹੁਤ ਔਖਾ ਕੰਮ ਹੈ ਭਾਈ, ਠੀਕ ਆ। ਜਿਹੜੇ ਲੋਕ ਫਾਂਸੀ ਚੜ੍ਹ ਜਾਂਦੇ ਆ, ਤੈਨੂੰ ਲੱਗਦਾ ਉਹਨਾਂ ਨੂੰ ਖੁਸ਼ੀ ਨਹੀਂ ਲੱਗਦੀ ਫਾਂਸੀ 'ਚ? ਉਹ ਰੋ ਕੇ ਚੜ੍ਹਦੇ ਨੇ। ਜਿਹੜੇ ਲੋਕ ਸੇਵਾ ਕਰਦੇ ਆਪਦਾ ਘਰ ਛੱਡ ਕੇ, ਉਹ ਦੂਰ ਪਹਾੜਾਂ ਦੂਜੇ ਮੁਲਕਾਂ 'ਚ ਜਾਈ ਜਾਂਦੇ ਨੇ, ਉਹ ਰੋ ਕੇ ਕਰਦੇ ਨੇ, ਠੀਕ ਆ। ਦੁਨੀਆਂ 'ਚ ਜਿਹੜੇ ਬੰਦੇ ਵੀ ਆਮ ਬੰਦੇ ਤੋਂ ਮਾੜਾ ਉੱਪਰ ਦੀ ਜ਼ਿੰਦਗੀ ਜਿਉਂਦੇ ਨੇ, ਉਹ ਦੂਜਿਆਂ ਦੇ ਲੇਖੇ 'ਚ ਜਿਉਂਦੇ ਨੇ। ਖੁਸ਼ੀ ਆਪਦੀ ਦੇਹੀ ਨੂੰ ਭੋਗ ਲੈਣ 'ਚ ਨਹੀਂ ਹੈ, ਇਹ ਦੁਨੀਆਂ ਦੇ ਸਾਰੇ ਧਰਮ ਗ੍ਰੰਥਾਂ 'ਚ ਲਿਖੀ ਹੋਈ ਗੱਲ ਹੈ ਕਿ ਆਪਣੇ ਇਹ ਦੇਹੀ ਹੈ, ਇਹਨੂੰ ਭੋਗਣ 'ਚ ਖੁਸ਼ੀ ਨਹੀਂ ਹੈਗੀ। ਖੁਸ਼ੀ ਦਾ ਇਹ ਮਾਨਾ ਨਹੀਂ ਹੈਗਾ, ਸੁੱਖ ਦਾ ਮਾਨਾ ਵੀ ਇਹ ਨਹੀਂ ਹੈਗਾ। ਜਿਹੜਾ ਬੰਦਾ ਹੈ, ਬੰਦੇ ਲਈ ਦਾ ਮਾਨਾ ਤੈਅ ਹੁੰਦਾ ਕਿ ਕਾਹਦੇ 'ਚ ਖੁਸ਼ੀ ਹੈ, ਅਤੇ ਮਨੋਰੰਜਨ ਦੇ ਰਾਹੀਂ ਇਹ ਮਾਨਾ ਤੈਅ ਹੁੰਦਾ ਹੈ ਕਿ ਤੁਹਾਡੀ ਖੁਸ਼ੀ ਕਾਹਦੇ 'ਚ ਹੈ। ਇਹ ਇੱਕ ਬਕਾਇਦਾ ਜੰਗ ਹੁੰਦੀ ਹੈ। ਕਿਸੇ ਥਾਂ ਦੇ ਲੋਕ ਆਪਣੇ ਤਰੀਕੇ ਨਾਲ ਮਾਨਾ ਤੈਅ ਕਰਦੇ ਹੈ ਕਿ ਕਿਸ ਗੱਲ 'ਚ ਖੁਸ਼ੀ ਹੈ। ਸਾਡੇ ਪੁਰਖਿਆਂ ਨੂੰ ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਉੱਠਣ 'ਚ ਖੁਸ਼ੀ ਸੀ, ਹੁਣ ਬੰਦਿਆਂ ਨੂੰ ਕਿ ਵੇਲੇ ਉੱਠਣ 'ਚ ਖੁਸ਼ੀ ਹੈ। ਸਾਡੇ ਘੱਟ ਬੋਲਣ 'ਚ ਪਹਿਲਾਂ ਖੁਸ਼ੀ ਸੀ, ਹੁਣ ਵੱਧ ਬੋਲਣ 'ਚ ਹੈ। ਪਹਿਲਾਂ ਸੱਚ ਬੋਲਣ 'ਚ ਖੁਸ਼ੀ ਸੀ, ਹੁਣ ਝੂਠ ਬੋਲਣ 'ਚ ਹੈ ਵੀ ਬੰਦਾ ਵਧੀਆ ਵਪਾਰੀ ਹੈ, ਬਹੁਤ ਵੱਡਾ ਬਿਜ਼ਨਸਮੈਨ ਕਲਾਕਾਰ ਹੈ, ਹੈ ਨਾ, ਬੰਦਾ ਵਧੀਆ ਨੇਤਾ। ਜਿਹੜਾ ਜਿੰਨਾ ਵੱਧ ਵਧੀਆ ਝੂਠ ਬੋਲਦਾ, ਕਲਾ ਦੇ ਨਾਂ 'ਤੇ ਬੰਦੇ ਨੂੰ ਝੂਠ ਬੋਲਣਾ ਪੜ੍ਹਾਇਆ ਜਾ ਰਿਹਾ, ਠੀਕ। ਖੁਸ਼ੀ ਦੇ ਮਾਨੇ ਤੈਅ ਕਰਨ ਦਾ ਹੀ ਸਭ ਤੋਂ ਵੱਡੀ ਜੰਗ ਹੈ ਉਹਦੇ 'ਚ। ਮਨੋਰੰਜਨ ਦਾ ਉਹਦਾ ਇੱਕ ਹਿੱਸਾ ਹੈ, ਕਿਸੇ ਦੇ ਵਿਚਾਰਾਂ ਨੂੰ ਬਦਲ ਦੇਣ ਲਈ ਮਨੋਰੰਜਨ ਇੱਕ ਬਹੁਤ ਸੌਖਾ ਜ਼ਰੀਆ ਹੈ। ਕਿਉਂਕਿ ਖੁਸ਼ ਹੋਣਾ ਹਰ ਇੱਕ ਦੀ ਇੱਛਾ ਹੈ, ਕੋਈ ਗਰੀਬ ਹੈ, ਕੋਈ ਅਮੀਰ ਹੈ, ਕੋਈ ਸ਼ਹਿਰੀ ਹੈ, ਕੋਈ ਪੇਂਡੂ ਹੈ, ਕੋਈ ਕੋਈ ਵੀ ਹੈ। ਜ਼ਿੰਦਗੀ ਰੁੱਖੀ ਇਸ ਹਿਸਾਬ ਨਾਲ ਨਹੀਂ ਹੁੰਦੀ ਕਿ ਬੰਦਾ ਵੱਧ ਕੰਮ ਕਰਦਾ ਤਾਂ ਰੁੱਖੀ ਹੋ ਗਈ, ਠੀਕ। ਇਹ ਕਿਸੇ ਹੋਰ ਦਾ ਤੈਅ ਕੀਤਾ ਮਨ ਹੈ। ਸਾਡੇ ਤਾਂ ਪਹਿਲਾਂ ਛੁੱਟੀ ਹੁੰਦੀ ਨਹੀਂ ਸੀ ਇੱਥੇ, ਠੀਕ ਹੈ ਨਾ। ਧਰਤੀ ਸਦੀਆਂ ਤੋਂ ਵਸਦੀ ਹੈ, ਸਾਡੇ ਪੁਰਖੇ ਤਾਂ ਵਸਦੇ ਸੀ, ਮਤਲਬ ਫਿਰ ਸਾਡੇ ਪੁਰਖੇ ਖੁਸ਼ ਨਹੀਂ ਹੁੰਦੇ ਸੀ ਤੇਰੇ ਹਿਸਾਬ ਨਾਲ, ਠੀਕ। ਹੁਣ ਕਈ ਥਾਵਾਂ 'ਤੇ ਹਫ਼ਤੇ 'ਚ ਦੋ ਦਿਨ ਛੁੱਟੀ ਹੁੰਦੀ ਹੈ,
ਕੁਛ ਮੁਲਕਾਂ 'ਚ 3 ਦਿਨ ਵੀ ਹੋਣ ਲੱਗ ਗਈ ਹੈ ਵੀ 4 ਦਿਨ ਕੰਮ ਕਰੋ 3 ਦਿਨ ਛੁੱਟੀ। ਠੀਕ, ਉਹ ਛੁੱਟੀ ਕਾਹਦੇ ਵਾਸਤੇ? ਉਹਦਾ ਵੱਡਾ ਹਿੱਸਾ ਮਨੋਰੰਜਨ, ਉਹ ਮਨੋਰੰਜਨ ਜਿਹੜਾ ਕੋਈ ਸਰਕਾਰ ਤੈਅ ਕਰਦੀ ਹੈ। ਇੱਕ ਖਾਸ ਤਰ੍ਹਾਂ ਦੀ ਜੀਵਨ ਵਿਧੀ ਜਿਹੜੀ ਪਹਿਲਾਂ ਲੋਕ ਨਹੀਂ ਸੀ ਜਿਉਂ ਰਹੇ, ਵੀ ਬੰਦਾ ਆਪਣੀ ਦੇਹੀ ਨੂੰ ਭੋਗ ਕੇ ਇਹ ਮਨੋਰੰਜਨ ਹੋਵੇ, ਇਹਦੇ ਲਈ ਦੁਨੀਆਂ ਸਾਰੀ ਜ਼ੋਰ ਲੱਗਿਆ ਪਿਆ। ਵੀ ਜੋ ਚੱਲਦਾ ਬੰਦੇ ਬੰਦੇ ਦਾ ਵਿਆਹ ਕਰ ਦਿਉ, ਜਵਾਕ ਕਿਰਾਏ 'ਤੇ ਜੰਮ ਦਿਓ, ਉਹ ਸਾਰੀਆਂ ਗੱਲਾਂ ਉਸੇ ਪਾਸੇ ਨੂੰ ਜਾਂਦੀਆਂ ਨੇ। ਅਤੇ ਉਸੇ ਕਰਕੇ ਇੰਨਾ ਗਾਉਣ ਵਜਾਉਣ ਚੱਲੀ ਜਾਂਦਾ ਵੀ ਪੰਜਾਬ ਸਮੇਤ ਦੁਨੀਆਂ ਜਿਹੜੇ ਥਾਵਾਂ 'ਤੇ ਲੋਕ ਵੱਧ ਦੁਖੀ ਹੋਈ ਜਾਂਦੇ ਨੇ, ਮੰਡੀ ਹੋਰ ਵੱਡੀ ਹੋਈ ਜਾਂਦੀ ਹੈ ਕਲਾ ਮਤਲਬ ਗਾਉਣ ਵਜਾਉਣ ਦੀ ਵੀ, ਨਕਲਾਂ ਦੀ ਵੀ। ਇਹਨੂੰ ਲੋਕ ਵਿਕਾਸ ਮੰਨੀ ਜਾਂਦੇ ਨੇ ਵੀ ਦੇਖੋ ਜੀ ਮੰਡੀ ਵੱਡੀ ਹੋ ਗਈ। ਮਤਲਬ ਜਿਹੜੀ ਚੀਜ਼ 100 ਸਾਲ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਘਰੋਂ ਬਾਹਰ ਹੋਣੀ ਚਾਹੀਦੀ ਹੈ, ਪਿੰਡੋਂ ਹੀ ਬਾਹਰ ਹੋਣੀ ਚਾਹੀਦੀ ਹੈ, ਹੁਣ ਉਹੀ ਮਸ਼ਹੂਰ ਹੋਣ ਦਾ, ਕਮਾਈ ਦਾ ਸਭ ਤੋਂ ਵੱਡਾ ਜ਼ਰੀਆ, ਮੁੱਖ ਜ਼ਰੀਆ ਬਣ ਗਿਆ। ਅਤੇ ਉਹੀ ਗੱਲ ਜਿਹੜੀ ਪਿੰਡੋਂ ਬਾਹਰ ਹੋਣੀ ਸੀ ਉਹੀ ਜ਼ਿੰਦਗੀ ਦਾ ਮੁੱਖ ਹਿੱਸਾ ਬਣ ਗਈ ਕਿ ਜਿਉਂ ਹੀ ਇਸ ਕੰਮ ਲਈ ਜਾਣਾ ਚਾਹੀਦਾ ਕਿ ਮਨੋਰੰਜਨ ਕਰੋ, ਮਨੋਰੰਜਨ ਕਰੋ। ਉਹਦਾ ਨਾਂ ਹੀ ਮਨੋਰੰਜਨ ਧਰਿਆ, ਅਸਲ ਮਤਲਬ ਮਨੋਰੰਜਨ ਨਹੀਂ ਹੈ ਉਹਦਾ, ਮਤਲਬ ਅਸਲ ਹੈ ਕਿ ਬੰਦਾ ਪਸ਼ੂਆਂ ਵਾਂਗ ਜੀਵੇ, ਬੰਦਿਆਂ ਵਾਂਗ ਨਾ ਜੀਵੇ, ਕੁੱਲ ਮਤਲਬ ਇੰਨਾ ਹੀ ਹੈ। ਇਹ ਹੋ ਰਿਹਾ ਵੀ ਲੋਕਾਂ ਨੂੰ ਮਨੋਰੰਜਨ ਹੀ ਦੱਸਿਆ ਜਾ ਰਿਹਾ ਵੀ ਤੁਹਾਡੀ ਖੁਸ਼ੀ ਕਾਹਦੇ ਵਿੱਚ, ਇਸ ਗੱਲ ਦੇ ਵਿੱਚ ਤੁਹਾਡੀ ਖੁਸ਼ੀ ਹੈ, ਇਸ ਵਿੱਚ ਨਹੀਂ ਹੈ, ਇਹ ਪਾਉਣਾ ਜਾਂ ਇਹ ਨਹੀਂ ਪਾਉਣਾ ਜਾਂ ਇਹ ਖਾਣਾ ਇਹ ਨਹੀਂ ਖਾਣਾ, ਇਹ ਮਨੋਰੰਜਨ ਦੇ ਨਾਲ ਦੱਸਿਆ ਜਾ ਰਿਹਾ, ਇੱਥੇ ਵੀ ਹੈ ਸਾਰੇ ਪਾਸੇ। ਜਦੋਂ ਬੰਦਿਆਂ ਦਾ ਸੀਸਾ ਵੇਖਣ ਵਧੀ ਜਾਂਦਾ ਹੈ, ਸਾਫ ਰੂਪ ਹੀ ਹੈ, ਅਤੇ ਸੀਸੇ 'ਤੇ ਲਿਖਿਆ ਆਉਂਦਾ ਕਿ ਦੁਨੀਆਂ ਦੇ ਸਭ ਤੋਂ ਵੱਧ ਲੋਕ ਇਹਨੂੰ ਕਾਹਦੇ ਵਾਸਤੇ ਵੇਖ ਰਹੇ ਨੇ, ਉਹਦੇ ਲਿਖਿਆ ਆ ਜਾਂਦਾ। ਤੁਸੀਂ ਖੋਜ ਲਓ ਇਸ ਗੱਲ ਨੂੰ, ਉੱਥੇ ਜਾ ਕੇ ਖੋਜ ਲਓ ਕਿ ਕਿੰਨੇ ਲੋਕ ਕਿਤਾਬਾਂ ਪੜ੍ਹਦੇ ਨੇ, ਜਿਹੜਾ ਇੰਟਰਨੈਟ ਜਿਹੜਾ ਆਨਲਾਈਨ ਕਹਿੰਦੇ ਨੇ, ਅਤੇ ਕਿੰਨੇ ਉਹਦੇ ਗਾਣੇ ਸੁਣਦੇ ਨੇ, ਕਿੰਨੇ ਉਹਦੇ ਕਹਾਣੀਆਂ ਵੇਖਦੇ ਨੇ। ਪਰ ਮਨੋਰੰਜਨ ਲਈ ਕਿੰਨਾ ਵਰਤਿਆ ਜਾ ਰਿਹਾ, ਸਿੱਖਿਆ ਲਈ ਕਿੰਨਾ ਵਰਤਿਆ ਜਾ ਰਿਹਾ, ਵਪਾਰ ਲਈ ਕਿੰਨਾ ਵਰਤਿਆ ਜਾ ਰਿਹਾ, ਤਕਨੀਕ ਨੂੰ ਮਨੋਰੰਜਨ ਕਾਹਦੇ ਲਈ ਵਰਤਿਆ ਜਾ ਰਿਹਾ, ਇਹ ਵੀ ਗਾਹਾਂ ਵੇਖਣ ਵਾਲੀ ਗੱਲ ਹੈ ਕਿ ਕਿਹੜੇ ਖਿਆਲ ਨੂੰ ਮੁੱਖ ਪੇਸ਼ ਕਰ ਰਿਹਾ। ਸਾਰੀ ਦੁਨੀਆਂ ਦੇ ਵਿੱਚ ਜਿਹੜਾ ਬਹੁਤਾ ਮਨੋਰੰਜਨ ਹੈ ਉਹਦੇ 'ਚ ਹਥਿਆਰਾਂ ਨੂੰ, ਨਸ਼ੇ ਨੂੰ, ਦੇਹ ਦੇ ਭੋਗਾਂ ਨੂੰ ਵਡਿਆਇਆ ਜਾ ਰਿਹਾ, ਇਹੀ ਮਨੋਰੰਜਨ ਹੈ ਸਾਰੇ ਕਿਤੇ। ਵੀ ਬੰਦਾ ਮਾਰ ਦਿਆਂਗੇ, ਬੰਦਾ ਮਾਰ ਦਿਆਂਗੇ, ਬੰਦਾ ਮਾਰ ਦਿਆਂਗੇ, ਠੀਕ ਇਹੀ ਹੈ। ਵੀ ਹੋਰ ਵੱਡੀ ਗੱਡੀ, ਹੋਰ ਵੱਡੇ ਬੂਟ, ਹੋਰ ਵੱਡਾ ਜਹਾਜ਼ ਹੈ ਨਾ, ਹੋਰ ਵੱਡੀ ਬੰਦੂਕ, ਇਹੀ ਕੁਛ ਹੈ। ਜੇਕਰ ਪੰਜਾਬੀ ਦੇ ਗੀਤ ਦੇਖੋਗੇ ਇਹਦੇ ਸਾਰਾ ਕੁਛ ਹੈ। ਮੇਰਾ ਇੱਕ ਬੰਦਾ ਹੋਰ ਕਿੰਨੇ ਬੰਦ ਬੰਦੇ ਕੁੱਟ ਸਕਦਾ, 1000 ਬੰਦੇ ਨੂੰ, 2000 ਬੰਦੇ ਨੂੰ, 50000 ਬੰਦੇ ਨੂੰ ਹੈ ਨਾ, ਉਹ ਦਿਖਾ ਦਿਖਾ ਕੇ ਜਿਹੜੀ ਬੰਦੇ ਦੇ ਅੰਦਰ ਦੀ ਇੱਕ ਬੇਚੈਨੀ ਹੈ ਉਹਨੂੰ ਇੰਨਾ ਵਧਾ ਦਿੱਤਾ ਜਾਂਦਾ ਕਿ ਬੰਦਾ ਸਮਝਦਾ ਵੀ ਅਸਲ ਜ਼ਿੰਦਗੀ 'ਚ ਹੁਣ ਕੁਛ ਨਹੀਂ ਹੋ ਸਕਦਾ। ਪਰ ਮੈਨੂੰ ਤਾਂ ਲੱਗਦਾ ਵੀ ਮਨੋਰੰਜਨ ਘੱਟੋ ਘੱਟ ਜਿਹੜਾ ਹੁਣ ਦਾ ਸਮਾਂ ਹੈ, ਐਸਾ ਸਮਾਂ ਮਨੁੱਖਤਾ ਨੇ ਪਹਿਲਾਂ ਨਹੀਂ ਸੀ ਦੇਖਿਆ ਕਿ ਬੰਦਾ ਕਿਸ ਹੱਦ ਤੱਕ ਕਾਬੂ ਹੋ ਗਿਆ। ਅਜੇ ਗਾਹਾਂ ਨੂੰ ਜਿਹੜੀ ਸੰਭਾਵਨਾ ਹੋਰ ਹੋਈ ਜਾਂਦੀ ਹੈ ਉਹ ਰੱਬ ਹੀ ਜਾਣਦਾ। ਜਿਵੇਂ ਤੁਸੀਂ ਕਿਹਾ ਕਿ ਵੀ ਕਿਰਾਏ ਦੀ ਕੁੱਖ ਵਗੈਰਾ ਇਹ ਸਾਰੇ ਮਨੋਰੰਜਨ ਦਾ ਹਿੱਸਾ ਨੇ, ਕੀ ਇਸੇ ਢੰਗ ਦੇ ਨਾਲ ਜਿਵੇਂ
ਅੱਜ ਕੱਲ੍ਹ ਬਿਨਾਂ ਕੋਈ ਕੰਮ ਕਾਰ ਕੀਤੇ ਆ ਸਿਰਫ 2-3 ਘੰਟੇ ਜਿਮ ਦੇ ਵਿੱਚ ਸਰੀਰ ਨੂੰ ਬਣਾਉਣਾ ਜਾਂ ਉਹ ਪ੍ਰਦਰਸ਼ਨੀਆਂ ਕਰਨੀਆਂ, ਕਿ ਇਹ ਸਭ ਵੀ ਮਨੋਰੰਜਨ ਦਾ ਹਿੱਸਾ ਆ। ਇਸ ਦੇ ਨਾਲ ਨਾਲ ਜਿਸ ਤਰ੍ਹਾਂ ਕੱਪੜੇ ਵਗੈਰਾ ਦਾ ਚੱਲਦਾ ਵੀ ਇਹ ਪਾਉਣੇ ਇਹ ਨਹੀਂ ਪਾਉਣੇ, ਜਾਂ ਤੁਸੀਂ ਜਿਵੇਂ ਘੁੰਮਣ ਫਿਰਨ ਦਾ ਕਿਹਾ, ਇਹ ਸਾਰੀਆਂ ਚੀਜ਼ਾਂ ਮਨੋਰੰਜਨ ਦੇ ਵਿੱਚ ਆ ਜਾਂਦੀਆਂ ਨੇ। ਬਿਲਕੁਲ, ਅਤੇ ਬੰਦਾ ਜੋ ਜਿਉਂ ਰਿਹਾ ਉਹ ਜੋ ਖੁਸ਼ੀ ਦਾ ਹਾਸਲ ਕਰ ਹੀ ਰਿਹਾ, ਮਸਲਾ ਅਸਲ ਇਹ ਹੈ ਵੀ ਕਿਹੜੇ ਤਰੀਕੇ ਨਾਲ ਜਿਉਵੇਂ। ਕੱਪੜੇ ਤਾਂ ਬੰਦੇ ਨੇ ਪਾਉਣੇ ਨੇ, ਪਰ ਕਿਹੜੇ ਤਰੀਕੇ ਨਾਲ ਪਾਵੇ, ਠੀਕ ਹੈ। ਸਰੀਰ ਤਾਂ ਬੰਦੇ ਨੇ ਕਮਾਉਣਾ, ਦੇਹੀ ਤਾਂ ਕਮਾਉਣੀ ਹੈ, ਪਰ ਕਿਹੜੇ ਤਰੀਕੇ ਨਾਲ ਕਮਾਵੇ, ਕਿਰਤੀ ਦੇ ਤਰੀਕੇ ਨਾਲ ਕਿ ਵਿਹਲੇ ਦੇ ਤਰੀਕੇ ਨਾਲ, ਠੀਕ। ਖਾਣਾ ਵੀ ਬੰਦੇ ਨੇ ਹੈ, ਪਰ ਕਿਹੜੇ ਤਰੀਕੇ ਨਾਲ ਖਾਵੇ ਬੰਦਾ, ਵੀ ਬੰਦਾ ਬੇਹਾ ਖਾਣ 'ਚ ਇੱਜ਼ਤ ਸਮਝੇ ਕਿ ਬੰਦਾ ਤਾਜ਼ੇ ਖਾਣ 'ਚ ਇੱਜ਼ਤ ਸਮਝੇ, ਬੰਦਾ ਤੜਕਿਆ ਖਾਣ 'ਚ ਇੱਜ਼ਤ ਸਮਝੇ ਕਿ ਬੰਦਾ ਕੱਚਾ ਖਾਣ 'ਚ ਇੱਜ਼ਤ ਸਮਝੇ। ਇੱਕ ਬੰਦੇ ਨੇ ਲਿਖਿਆ ਕਿ 100 ਸਾਲ ਪਹਿਲਾਂ ਅਮੀਰ ਤੜਕਿਆ ਖਾਂਦੇ ਸੀ, ਗਰੀਬ ਕੱਚਾ ਖਾਂਦੇ ਸੀ, ਹੁਣ ਉਲਟਾ ਹੋ ਗਿਆ, ਗਰੀਬ ਤੜਕਿਆ ਖਾਂਦੇ ਨੇ, ਅਮੀਰ ਕੱਚਾ ਖਾਂਦੇ ਨੇ। ਇਹ ਕਹਿੰਦਾ ਇਹੀ ਤਰੱਕੀ ਹੈ ਵੀ 100 ਸਾਲ ਪਹਿਲਾਂ ਲੋਕ ਭੁੱਖ ਨਾਲ ਵੱਧ ਮਰਦੇ ਸੀ, ਬਿਮਾਰੀ ਨਾਲ ਵੱਧ ਮਰਦੇ, ਹੁਣ ਬੰਦੇ ਵੱਧ ਖਾ ਕੇ ਬਿਮਾਰ ਵੱਧ ਹੁੰਦੇ ਆ, ਵੱਧ ਮਰ ਰਹੇ ਨੇ। ਬੰਦੇ ਨੇ ਕਰਨਾ ਸਭ ਕੁਛ ਹੈ, ਬੰਦੇ ਨੇ ਖੁਸ਼ ਹੋਣਾ, ਪਰ ਕਿਸ ਤਰੀਕੇ ਨਾਲ ਹੋਣਾ ਇਸ ਗੱਲ ਦਾ ਫਰਕ ਹੈ, ਉਹਨੇ ਕਿਹੜੇ ਮਾਨੇ ਸਿਰਜਣੇ ਇਸ ਗੱਲ ਦਾ ਫਰਕ ਹੈ। ਵੀ ਬੰਦੇ ਹੋਣ ਦਾ ਮਨ ਜਾਨਵਰਾਂ ਤੋਂ ਵੱਖਰਾ ਉੱਚਾ ਬਣਦਾ ਹੈ ਜਾਂ ਨਹੀਂ ਬਣਦਾ, ਅਸਲ ਕਹਾਣੀ ਇੱਥੇ ਹੈ ਵੀ ਬੰਦਾ ਕਿਸ ਤਰ੍ਹਾਂ ਦੀ ਖੁਸ਼ੀ ਕਰੇ ਜਿਹਦੇ ਨਾਲ ਉਹਦੇ ਆਲੇ ਦੁਆਲੇ ਦੇ ਲੋਕ ਸੁਖੀ ਹੋਣ, ਸ਼ਾਂਤ ਰਹਿਣ, ਜਾਂ ਮੈਂ ਆਪਦਾ ਇੰਨਾ ਉੱਚਾ ਬਾਜਾ ਵਜਾਵਾਂਗੇ 2 ਬਹੀਆਂ ਨਾ ਸੁਣ ਮੇਰੇ ਆਸੇ ਪਾਸੇ ਦੀਆਂ, ਕਿਸ ਤਰ੍ਹਾਂ ਦਾ ਮਨੋਰੰਜਨ ਵੀ ਵਿਹਲੇ ਰਹਿਣ 'ਚ ਖੁਸ਼ੀ ਕਿਵੇਂ ਹੈ, ਕੰਮ 'ਚ ਕਰਨ ਖੁਸ਼ੀ ਕਿਵੇਂ ਨਹੀਂ ਹੈ, ਅਸਲ ਸਵਾਲ ਇਸ ਗੱਲ ਦੇ ਵਿੱਚ ਹੀ ਹੈ। ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।